एक एक्सेसिबिलिटी ऑप्शन दे नाल काम करना कि किस तरह वख वख जिहड़े यूजर ने अपंगता वाले किसी नूं सुनदा नहीं हुंदा गा किसी नूं बोलण दी दिक्कत आउंदी है किसी नूं देखण दी दिक्कत आउंदी है ਤਾਂ ਬਹੁਤ ਸਾਰੇ ਇੱਥੇ ਤਰ੍ਹਾਂ ਤੁਹਾਨੂੰ ਪਤਾ ਬਥੇਰੇ ਕਿਸਮ ਦੇ ਕਿੰਨੇ ਲੋਕ ਨੇ ਆਪਣੇ ਤਾਂ ਹਰ ਇੱਕ ਕੀ ਹੈ ਇੱਕ ਜੋਬ ਭਾਲਦਾ ਮੰਨ ਲਓ ਹੁਣ ਬਾਈ ਡਿਫੋਲਟ ਬਾਈ ਬਰਥ ਕੀ ਹੈ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਸੁਣਨ ਦੀ ਦਿੱਕਤ ਹੁੰਦੀ ਹੈ ਕਿਸੇ ਨੂੰ ਬੋਲਣ ਦੀ ਕਿਸੇ ਨੂੰ ਚੱਲਣ ਦੀ ਬਾਈ ਬਰਥ ਮਤਲਬ ਜਵਾਂਦਰੂ ਤੋਂ ਠੀਕ ਹੈ ਜਨਮ ਤੋਂ ਹੀ ਕੋਈ ਦਿੱਕਤ ਹੁੰਦੀ ਹੈ ਤਾਂ ਉਹ ਜਿਹੜੇ ਮੰਨ ਲਓ ਪੜ੍ਹਨ ਦੇ ਵਿੱਚ ਉਹਦੇ ਕੋਲ ਡਿਗਰੀ ਹੈ ਫਿਰ ਉਹ ਕੰਮ ਤਾਂ ਕਰਨਾ ਹੈ ਥੋੜ੍ਹੀ ਕਿ ਹੁਣ ਜੇ ਉਹਨੂੰ ਕੁਛ ਹੱਥ ਪੈਰ ਖਰਾਬ ਨੇ ਜਾਂ ਕੁਝ ਬੋਲਣ 'ਚ ਦਿੱਕਤ ਹੈ ਕਿ ਕੰਮ ਨਾ ਕਰੇ ਠੀਕ ਹੈ ਉਸ ਨੂੰ ਦੇਖਦੇ ਹੋਏ ਤਾਂ ਕੰਪਿਊਟਰ ਦੇ ਵਿੱਚ ਕੁਝ ਐਕਸੈਸਿਬਿਲਟੀ ਆਪਸ਼ਨ ਹੁੰਦੀਆਂ ਨੇ ਵੱਖ ਵੱਖ ਜਿਨ੍ਹਾਂ ਦੇ ਨਾਲ ਕਿ ਆਪਾਂ ਉਹਨਾਂ ਦੀ ਮਦਦ ਕਰਕੇ ਉਸ ਕੰਮ ਨੂੰ ਕੀ ਕਰ ਸਕਦੇ ਹਾਂ ਕੰਪਲੀਟ ਕਰ ਸਕਦੇ ਤਾਂ ਉਸਦੇ ਵਿੱਚ ਕੁਝ ਆਪਸ਼ਨ ਨੇ ਜਿਹਨੂੰ ਕੀ ਬੋਲਦੇ ਆਪਾਂ ਐਕਸੈਸਿਬਿਲਟੀ ਆਪਸ਼ਨ ਕੰਪਿਊਟਰ ਐਕਸੈਸਿਬਿਲਟੀ ਕੰਪਿਊਟਰ ਸਿਸਟਮ ਦੀ ਸਾਰਿਆਂ ਲਈ ਅਪੰਗਤਾ ਮਤਲਬ ਕਿਸੇ ਵੀ ਡਿਸਐਬਿਲਿਟੀ ਦੀ ਪ੍ਰਵਾਹ ਕੀਤੇ ਬਿਨਾਂ ਹਾਂਜੀ ਤੁਹਾਡੇ ਜੇ ਦਿੱਕਤ ਹੈ ਕੋਈ ਦਿੱਕਤ ਨਹੀਂ ਫਿਰ ਵੀ ਤੁਹਾਨੂੰ ਅਸੀਂ ਕੰਮ ਦੇਵਾਂਗੇ ਕਹਿੰਦੇ ਅਪੰਗਤਾ ਦੀ ਪ੍ਰਵਾਹ ਕੀਤੇ ਬਿਨਾਂ ਯੂਜਰ ਮਿੱਤਰਤਾ ਦਾ ਹਵਾਲੇ ਨੇ ਮਤਲਬ ਇੱਕ ਫਰੈਂਡਲੀ ਰਿਲੇਸ਼ਨ ਕੀ ਆ ਰਿਲੇਸ਼ਨ ਬਣਾਉਂਦੀ ਹੈ ਆਪਸ ਦੇ ਵਿੱਚ ਆਏ ਨਹੀਂ ਵੀ ਜੇ ਉਹਦੇ ਦਿੱਕਤ ਆ ਉਹਨੂੰ ਪ੍ਰੋਬਲਮ ਹੈ ਠੀਕ ਹੈ ਸੁਣਨ ਦੇ ਵਿੱਚ ਤਾਂ ਕਿਉਂ ਕੰਮ ਨਹੀਂ ਕਰ ਸਕਦਾ ਕੋਈ ਵੀ ਕੰਪਿਊਟਰ 'ਤੇ ਤਾਂ ਉਸਦੇ ਲਈ ਵੀ ਇਸ ਚੀਜ਼ ਨੂੰ ਦੇਖਿਆ ਗਿਆ ਉਹਦੇ ਵਾਸਤੇ ਆਪਸ਼ਨਸ ਰੱਖੀਆਂ ਗਈਆਂ ਨੇ ਤਾਂ ਇਹ ਮੁੱਖ ਤੌਰ 'ਤੇ ਇੱਕ ਸੋਫਟਵੇਅਰ ਮੁੱਦਾ ਪੁੱਤਰ ਠੀਕ ਹੈ ਕਿ ਇਹ ਇੱਕ ਸੋਫਟਵੇਅਰ ਮੁੱਦਾ ਗਾ ਇਹ ਇੱਕ ਸੋਫਟਵੇਅਰ ਮੁੱਦਾ ਹੈ ਫਿਰ ਵੀ ਜਦੋਂ ਹਾਰਡਵੇਅਰ ਅਤੇ ਸੋਫਟਵੇਅਰ ਦਾ ਠੀਕ ਹੈ ਜੀ ਕੰਬੀਨੇਸ਼ਨ ਦਾ ਮਤਲਬ ਕੰਬਾਈਨ ਹੁੰਦੇ ਨੇ ਤਾਂ ਇਹ ਇੱਕ ਵਿਅਕਤੀ ਜੋ ਕਿ ਕਿਸੇ ਚੀਜ਼ 'ਚ ਕਮਜ਼ੋਰ ਹੈ ਜਾਂ ਅਪੰਗ ਹੈ ਉਹਨੂੰ ਕੰਪਿਊਟਰ ਨੂੰ ਵਰਤਣ ਦੇ ਲਈ ਉਸਦੇ ਯੋਗ ਬਣਾਉਂਦਾ ਮਤਲਬ ਉਹਨੂੰ ਯੂਜ਼ ਕਰਨ ਦੇ ਲਈ ਕੀ ਬਣਾਉਂਦਾ ਜੀ ਏਬਲ ਬਣਾਉਂਦਾ ਅਬਿਲਿਟੀ ਕ੍ਰੀਏਟ ਕਰਦਾ ਜੀ ਇਹ ਅਸੈਸਟਿਵ ਟੈਕਨੋਲੋਜੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਤਾਂ ਇਸ ਦੇ ਵਿੱਚ ਆਪਾਂ ਕੁਝ ਆਪਸ਼ਨਸ ਨੂੰ ਜੀ ਜਿਹੜੀਆਂ ਰੀਡ ਕਰਾਂਗੇ ਪੜ੍ਹਾਂਗੇ ਤਾਂ ਤੁਹਾਨੂੰ ਪ੍ਰੈਕਟੀਕਲੀ ਦਿਖਾਊਂਗਾ ਕਿਸ ਤਰ੍ਹਾਂ ਆਪਾਂ ਇਹਨੂੰ ਸੈਟਅਪ ਕਰਦੇ ਹਾਂ ਪੁੱਤਰ ਤਾਂ ਇੱਥੇ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਨੇ ਜਿਹੜੀਆਂ ਕੰਪਿਊਟਰ ਦੀ ਵਰਤੋਂ ਨੂੰ ਪ੍ਰਭਾਵਿਤ ਕਰਦੀਆਂ ਨੇ ਠੀਕ ਹੈ ਜਿਵੇਂ ਬਹੁਤ ਅਪੰਗਤਾ ਅਤੇ ਸਿੱਖਣ ਵਿੱਚ ਅਸਮਰਥਾ ਜਿਹਨੂੰ ਕਿਸੇ ਨੂੰ ਮੈਂਟੈਲਿਟੀ ਤੌਰ 'ਤੇ ਬਹੁਤ ਦਿੱਕਤ ਆਉਂਦੀ ਆ ਟੈਨਸ਼ਨ ਡੈਫੀਸਿਟ ਕਿਸੇ ਆਪਾਂ ਕਿਸੇ ਚੀਜ਼ ਦੀ ਡੈਫੀਸੀਏਸ਼ਨ ਹੋ ਜਾਂਦੀ ਨਾ ਮਤਲਬ ਕਿ ਇਹ ਡੈਫੀਸੈਂਟ ਹੋ ਜਾਂਦਾ ਜਾਂ ਕਿਸੇ ਚੀਜ਼ ਦੀ ਲੈਕ ਹੋ ਜਾਂਦੀ ਘਾਟ ਹੋ ਜਾਂਦੀ ਹੈ ਉਸ ਕਰਕੇ ਵੀ ਤੁਹਾਨੂੰ ਇਹ ਆਪਾਂ ਨੂੰ ਦਿੱਕਤ ਆਉਣ ਲੱਗ ਜਾਂਦੀ ਠੀਕ ਹੈ ਹਾਈਪਰ ਐਕਟੀਵਿਟੀ ਡਿਸਆਰਡਰ ਠੀਕ ਹੈ ਤੁਹਾਡੀ ਨਜ਼ਰ ਦੀ ਕਮਜ਼ੋਰੀ ਜਿਵੇਂ ਘੱਟ ਦਿਖਦਾ ਹੈਗਾ ਜਾਂ ਪੂਰਾ ਜਾਂ ਅੱਧਾ ਅੰਧਾਪਣ ਜਾਂ ਰੰਗਾਂ ਦਾ ਤੁਹਾਨੂੰ ਥੋੜ੍ਹੀ ਦੇਖਣ 'ਚ ਪ੍ਰੋਬਲਮ ਆਉਂਦੀ ਹੈ ਜਾਂ ਸੁਣਨ ਦੀ ਕਮਜ਼ੋਰੀ ਜਿਵੇਂ ਕੋਈ ਡੀਫ ਹੈ ਬੋਲਾਪਣ ਹੈ ਠੀਕ ਹੈ ਮੋਟਰ ਜਾਂ ਨਿਪੁੰਨਤਾ ਅਪੰਗਤਾ ਜਿਵੇਂ ਜੀ ਅਧਰੰਗ ਹੈ ਕਿਸੇ ਨੂੰ ਦਿਮਾਗੀ ਲਕਵਾ ਪੈਰਾਲਾਈਸ ਹੈ ਜਿਹਨੂੰ ਕਾਰਪਲ ਟਰਨਲ ਸਿੰਡਰੋਮ ਠੀਕ ਹੈ ਜੀ ਤਾਂ ਵੱਖ ਵੱਖ ਕੀ ਨੇ ਜੀ ਕਮਜ਼ੋਰੀਆਂ ਤੁਹਾਨੂੰ ਦੱਸੀਆਂ ਜਾ ਰਹੀਆਂ ਨੇ ਤੁਸੀਂ ਕੰਟਰੋਲ ਪੈਨਲ ਵਿੱਚ ਐਕਸੈਸਿਬਿਲਟੀ ਆਪਸ਼ਨ ਦੀ ਵਰਤੋਂ ਤੁਹਾਡੇ ਕੀਬੋਰਡ ਡਿਸਪਲੇ ਮਾਊਸ ਫੰਕਸ਼ਨ ਦੇ ਢੰਗਾਂ ਨੂੰ ਕਸਟਮਾਈਜ਼ ਕਰਨ ਲਈ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸਦਾ ਜੀ ਮੈਂ ਸਟਾਰਟ 'ਤੇ ਕਲਿੱਕ ਕਰੋ ਸਭ ਤੋਂ ਪਹਿਲਾਂ ਸਟੈਪ ਦੱਸ ਰਿਹਾ ਕਿਸ ਤਰ੍ਹਾਂ ਆਪਾਂ ਇਹਨੂੰ ਓਨ ਕਰਾਂਗੇ ਸਟਾਰਟ 'ਤੇ ਕਲਿੱਕ ਕਰੋ ਉਸ ਤੋਂ ਬਾਅਦ ਜੀ ਕੰਟਰੋਲ ਪੈਨਲ 'ਤੇ ਜਾਓ ਕੰਟਰੋਲ ਪੈਨਲ ਦੇ ਵਿੱਚ ਜਾਓਗੇ ਤੁਹਾਨੂੰ ਇੱਕ ਮਿਲਿਆ ਹੋਊਗਾ ਇੱਥੇ ਐਕਸੈਸਿਬਿਲਟੀ ਆਪਸ਼ਨ ਜਾਂ ਲਿਖਿਆ ਹੋਊਗਾ ਤੁਹਾਨੂੰ ਈਜ਼ ਆਫ ਐਕਸੈਸ ਸੈਂਟਰ ਜਾਂ ਤੁਹਾਨੂੰ ਐਕਸੈਸਿਬਿਲਟੀ ਆਪਸ਼ਨ 'ਚ ਲਿਖਿਆ ਹੋਊਗਾ ਉੱਥੇ ਜੀ ਜਾਂ ਲਿਖਿਆ ਹੋਊਗਾ ਈਜ਼ ਆਫ ਐਕਸੈਸ ਸੈਂਟਰ ਇੱਥੇ ਐਕਸੈਸ ਦਾ ਮਤਲਬ ਐਕਸੈਸਿਬਿਲਟੀ ਤਾਂ ਮੰਨ ਲਓ ਮੈਂ ਨਰੇਟਰ ਹੈਗੀ ਠੀਕ ਹੈ ਨਰੇਟਰ ਕੀ ਕੰਮ ਕਰਦਾ ਹੈਗਾ ਕਿਸੇ ਚੀਜ਼ ਨੂੰ ਬੋਲਣ ਦੇ ਲਈ ਠੀਕ ਹੈ ਜੀ ਕਿਸੇ ਨੂੰ ਮੀਟਿੰਗ ਕੰਟਰੋਲਸ ਵਿੰਡੋ ਠੀਕ ਹੈ ਨਰੇਟਰ ਚੱਲ ਰਿਹਾ ਦੇਖੋ ਨਰੇਟਰ ਸੈਟਿੰਗਸ ਵਿੰਡੋ ਫੋਕਸ ਔਨ ਪ੍ਰੈਸ ਐਨੀ ਕੀ ਔਨ ਦ ਕੀਬੋਰਡ ਟੂ ਦੇਖੋ ਨਰੇਟਰ ਕੀ ਬੋਲ ਰਿਹਾ ਹੈਗਾ ਮੈਂ ਪ੍ਰੈਸ ਕਰ ਰਹੀ ਜੀ ਬੋਲੂ ਨਾਲ ਆਪਾਂ ਨੂੰ ਠੀਕ ਹੈ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਨਰੇਟਰ ਕੰਮ ਮੈਗਨੀਫਾਇਰ ਕੀ ਕਰਦਾ ਕਿਸੇ ਨੂੰ ਦੇਖਣ 'ਚ ਪ੍ਰੋਬਲਮ ਆਪਾਂ ਜਿਵੇਂ ਲੈਂਜ ਪਾ ਲਾ ਲਾ ਦੇਖ ਦਿੰਦੇ ਹੈਗੇ ਦੇਖੋ ਜੂਮ ਕਰੀ ਜਾਂਦੇ ਠੀਕ ਹੈ ਜੇ ਕਿਸੇ ਨੂੰ ਦੇਖਣ 'ਚ ਦਿੱਕਤ ਆਉਂਦੀ ਨਾ ਆਪਾਂ ਮੈਗਨੀਫਾਈ ਕਰਦੇ ਹਾਂ ਇੱਕ ਆਹ ਤੁਹਾਨੂੰ ਸਾਈਨ ਦੀ ਦਿਖ ਰਿਹਾ ਆਹ ਦੇਖੋ ਇੱਕ ਲੈਂਜ ਨਾਲ ਆਪਾਂ ਅੱਖ ਮੂਹਰੇ ਕਰ ਲੈਣਾ ਵੱਡਾ ਛੋਟਾ ਕਰਨਾ ਹੋਵੇ ਇਸ ਤਰ੍ਹਾਂ ਮੈਗਨੀਫਾਇਰ ਹੁੰਦਾ ਇਸ ਵਿੱਚ ਜੇ ਕਿਸੇ ਨੂੰ ਦੇਖਣ 'ਚ ਥੋੜ੍ਹੀ ਦਿੱਕਤ ਹੈ
ਔਨ ਸਕਰੀਨ ਕੀਬੋਰਡ ਹੁੰਦਾ ਜਿਵੇਂ ਆਪਣੇ ਲਵੇ ਜੀ, ਠੀਕ ਹੈ। ਔਨ ਸਕਰੀਨ ਕੀਬੋਰਡ ਦਾ ਮਤਲਬ ਕਿਸੇ ਨੂੰ ਕੀਬੋਰਡ ਚਲਾਉਣ ਦੇ ਵਿੱਚ ਦਿੱਕਤ ਆਉਂਦੀ, ਬਟ ਅਲੱਗ ਅਲੱਗ ਆਪਸ਼ਨਸ ਨੇ। ਜਿਵੇਂ ਅਪਲਾਈ ਕਰੂੰਗਾ ਤੁਹਾਡੇ ਕੋਲ ਸਕਰੀਨ ਕੀਬੋਰਡ ਆਜੂਗਾ, ਮਤਲਬ ਇਸ ਦਾ ਕੀਬੋਰਡ ਨਹੀਂ ਚੱਲ ਰਿਹਾ ਹੈਗਾ ਜਾਂ ਚਲਾਉਣ 'ਚ ਦਿੱਕਤ ਹੈ, ਠੀਕ ਹੈ। ਯੂ ਆਈ ਇੱਕ ਜੋਇਸਟਿਕ ਨਾਲ, ਮਤਲਬ ਕਿਸੇ ਨੂੰ ਮਾਊਸ ਚਲਾਉਣ 'ਚ ਦਿੱਕਤ ਹੈ ਜਾਂ ਕੀਬੋਰਡ ਚਲਾਉਣ 'ਚ ਦਿੱਕਤ ਹੈ, ਉਹਨਾਂ ਦੇ ਲਈ ਇੱਕ ਔਨ ਸਕਰੀਨ ਕੀਬੋਰਡ ਹੁੰਦਾ ਹੈਗਾ ਅੰਦਰ ਐਕਸੈਸਿਬਿਲਟੀ ਦੇ ਵਿੱਚ। ਤਾਂ ਇੱਕ ਜੋਇਸਟਿਕ ਹੁੰਦੀ ਹੈ ਜਿਹੜੀ ਗੇਮਿੰਗ ਹਰ ਲਈ ਆਪਾਂ ਯੂਜ਼ ਕਰਦੇ ਹਾਂ, ਉਸ ਦੀ ਮਦਦ ਨਾਲ ਆਪਾਂ ਜਿਹੜਾ ਐਰੋ ਹੁੰਦਾ ਹੈ ਉੱਥੇ ਲੈ ਕੇ ਜਾਵਾਂਗੇ, ਉਹਨੂੰ ਕੀ ਕਰਾਂਗੇ ਸਰ ਕਲਿੱਕ ਕਰਾਂ। ਤਾਂ ਮੰਨ ਲਓ ਮੈਂ ਇੱਥੇ ਸਰਚ ਆਈ, ਸਰਚ ਦੇ ਵਿੱਚ ਮੈਂ ਟਾਈਪ ਕਰੂੰ, ਦੇਖੋ ਇਸ ਦੇ ਨਾਲ ਉੱਪਰ ਪੀ ਆ, ਉੱਪਰ ਤੁਹਾਨੂੰ ਨਜ਼ਰ ਆ ਰਹੇ ਇੱਥੇ ਪੀ ਆ ਰਿਹਾ, ਠੀਕ ਹੈ। ਇਸ ਤਰ੍ਹਾਂ ਕੀ ਕਰ ਸਕਦੇ ਆਪਾਂ ਜੀ, ਇੱਕ ਔਨ ਸਕਰੀਨ ਕੀਬੋਰਡ ਦੀ ਮਦਦ ਨਾਲ ਵੀ ਕੀ ਹੈ ਜੀ ਯੂਜ਼ ਕਰ ਸਕਦੇ ਹਾਂ। ਹੋਰ ਕੀ ਹੈ ਜੀ, ਕਿਸੇ ਨੂੰ ਕਲਰ ਦੇ ਵਿੱਚ ਦਿੱਕਤ ਹੈਗੀ, ਟੋਗਲ ਕੀ ਸਮਝਾਉਂਦੇ ਹਾਂ, ਆ ਸਾਰੀਆਂ ਆਪਸ਼ਨਸ ਨੇ ਆਪਣੇ ਕੋਲ ਟੋਗਲ ਕੀਜ਼। ਕਹਿੰਦੇ ਹੀਅਰ ਟਿਊਨ ਬੈਂਡ ਯੂ ਪ੍ਰੈਸ ਕੈਪਸ ਲੋਕ ਨਮ ਲੋਕ ਸਕਰੋਲ ਲੋਕ, ਮੈਂ ਇਹਨੂੰ ਓਕੇ ਕਰੂੰਗਾ, ਟਰਨ ਔਨ ਕਰ ਰਿਹਾ ਗਾ, ਅਪਲਾਈ ਕਰ ਰਿਹਾ ਗਾ, ਠੀਕ ਹੈ। ਹੁਣ ਮੈਂ ਕੈਪਸ ਲੋਕ ਔਨ ਕੀ ਬੰਦ ਕਰਤਾ, ਔਨ ਕਰਤਾ, ਇਹ ਕੀ ਇੱਕ ਟਿਊਨ ਦਿੱਤੀ ਹੈ। ਕਹਿੰਦੇ ਜਿੱਥੇ ਕਿ ਯੂਜ਼ਰ ਨੂੰ ਪਤਾ ਲੱਗ ਜਾਏ ਕਿ ਤੁਹਾਡਾ ਜਿਹੜਾ ਅਨੇਬਲ ਹੈ ਜਾਂ ਡਿਸੇਬਲ ਹੈ ਬਟਨ। ਹੁਣ ਨਵ ਲੋਕ ਔਨ ਕੀਤਾ ਹੈ ਤਾਂ ਵੀ ਟਿਊਨ ਦਿੱਤੀ, ਠੀਕ ਹੈ। ਅਲੱਗ ਅਲੱਗ ਟਿਊਨਸ ਤੁਹਾਨੂੰ ਪ੍ਰੋਵਾਈਡ ਕੀਤੇ ਜਾਣੀ, ਨਰੇਟਰ ਹੈ, ਸਟਿਕੀ ਕੀਜ਼ ਨੇ, ਠੀਕ ਹੈ, ਫਿਲਟਰ ਕੀਜ਼ ਹੈ। ਜੇ ਫਿਲਟਰ ਕੀ ਕੀਤਾ ਤਾਂ ਤੁਹਾਡੇ ਕੋਲ ਇੱਕ ਇੱਥੇ ਇੱਕ ਅਪਲਾਈ ਕਰਾਂਗੇ, ਤੁਹਾਨੂੰ ਇੱਕ ਆਈਕਨ ਦਿਖ ਰਿਹਾ ਫਿਲਟਰ ਕੀ, ਠੀਕ ਹੈ। ਇਸ ਦੇ ਨਾਲ ਇੱਕ ਟਾਈਮ ਲੱਗ ਜਾਂਦਾ ਹੈ, ਤੁਹਾਨੂੰ ਦੱਸ ਦਿਆਂਗੇ ਵਨ ਬਾਏ ਵਨ। ਤਾਂ ਇਸ ਤਰ੍ਹਾਂ ਆਪਾਂ ਨੇ ਕੀਤਾ ਸੀ ਜੀ, ਆਈਕੋ ਐਕਸੈਸਿਬਿਲਟੀ ਲਿਖਿਆ ਹੋ ਜਾ ਕੇ ਇਸ ਜਗ੍ਹਾ 'ਤੇ ਐਕਸੈਸਿਬਿਲਟੀ ਆਪਸ਼ਨਸ। ਤਾਂ ਸਟੈਪ ਸੀ ਤੁਹਾਡਾ ਜੀ, ਵਿੰਡੋ ਸਟਾਰਟ 'ਤੇ ਕਲਿੱਕ ਕਰੋ, ਕੰਟਰੋਲ ਪੈਨਲ, ਤਾਂ ਉਸ ਤੋਂ ਬਾਅਦ ਐਕਸੈਸਿਬਿਲਟੀ ਆਪਸ਼ਨ 'ਤੇ ਕਲਿੱਕ ਕਰੋ। ਤਾਂ ਤੁਹਾਡੇ ਕੋਲ ਇਸ ਤਰ੍ਹਾਂ ਜੀ ਕਿ ਆਈ ਖੁੱਲ੍ਹ ਜੂਗੀ, ਵਿੰਡੋ ਖੁੱਲ੍ਹ ਜੂ। ਜੇ ਤੁਹਾਡੇ ਕੋਲ ਐਕਸਪੀ ਵਿੰਡੋ ਹੈ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਹੀ ਖੁੱਲੂਗੀ। ਜੇ ਤੁਹਾਡੇ ਕੋਲ ਵਿੰਡੋ 8 ਹੈ, ਜਿਵੇਂ ਹੁਣ ਮੈਂ ਖੋਲ੍ਹਿਆ, ਉਹ ਵਿੰਡੋ 8 ਦੇ ਵਿੱਚ ਸੀ। ਵੱਖ ਵੱਖ ਓਪਰੇਟਿੰਗ ਸਿਸਟਮ ਜਿਹੜੇ ਨੇ ਤਾਂ ਉਹਨਾਂ ਦਾ ਇੰਟਰਫੇਸ ਵੀ ਕੀ ਹੈ ਅਲੱਗ ਅਲੱਗ ਹੈ। ਤਾਂ ਪਹਿਲਾਂ ਆ ਗਈ ਸਟਿਕੀ ਕੀਜ਼। ਸਟਿਕੀ ਕੀਜ਼ ਵਾਰ ਵਾਰ ਜਿਹੜਾ ਦਬਾਅ ਪੈ ਰਿਹਾ ਹੈਗਾ, ਠੀਕ ਹੈ ਜੀ, ਉਹਨੂੰ ਘੱਟ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ। ਜਿਵੇਂ ਸ਼ਿਫਟ, ਕੰਟਰੋਲ, ਅਲਟ ਕੀਜ਼ ਹੁੰਦੀਆਂ ਨੇ, ਇਹ ਐਕਟਿਵ ਰਹਿੰਦੀਆਂ ਨੇ ਜਦੋਂ ਆਪਾਂ ਸ਼ਿਫਟ ਨਾਲ ਕੰਟਰੋਲ ਨਾਲ ਕੰਟਰੋਲ ਕੀ ਇੱਕ ਅਲਟ ਹੈ। ਇਹਨੂੰ ਮੋਡੀਫਾਇਰ ਕੀਜ਼ ਵੀ ਕਹਿੰਦੇ, ਕੀ ਬੋਲਦੇ ਨੇ ਮੋਡੀਫਾਇਰ ਕੀਜ਼। ਇਹ ਇਕੱਲੀਆਂ ਕੰਮ ਨਹੀਂ ਕਰਦੀਆਂ ਪੁੱਤਰ, ਇਹ ਜਦੋਂ ਇਹਦਾ ਆਪਾਂ ਕੋਈ ਹੋਰ ਕੀ ਪ੍ਰੈਸ ਕਰਾਂਗੇ ਤਾਂ ਹੀ ਕੀ ਕਰਦੇ ਨੇ, ਕੰਮ ਕਰਦੇ ਨੇ। ਜਿਵੇਂ ਲਿਖਿਆ ਨੇ, ਸਟਿਕੀ ਕੀਜ਼ ਸਰੀਰਕ ਤੌਰ 'ਤੇ ਅਪੰਗ ਕੰਪਿਊਟਰ ਯੂਜ਼ਰ ਦੀ ਸਹਾਇਤਾ ਲਈ ਇੱਕ ਐਕਸੈਸਿਬਿਲਟੀ ਵਿਸ਼ੇਸ਼ਤਾ ਹੈ, ਪਰ ਇਸ ਦੀ ਵਾਰ ਵਾਰ ਜਿਹੜੀ ਵਰਤੋਂ ਕਰਦੇ ਹਾਂ ਜਦੋਂ ਜਿਹੜਾ ਦਬਾਅ ਪੈਂਦਾ ਉਹਨੂੰ ਘੱਟ ਕਰਨ ਦੇ ਲਈ ਕੀ ਇਹ ਵਰਤੀ ਜਾਂਦੀ ਹੈ। ਤਾਂ ਇਸ ਨੂੰ ਜਦੋਂ ਆਪਾਂ ਕਲਿੱਕ ਕਰਦੇ ਹਾਂ ਜੀ, ਆਇਕੋ ਸਟਿਕੀ ਕੀਜ਼ ਨੂੰ ਅਨੇਬਲ ਕਰ ਲਿਆ, ਮੈਂ ਨੋਟਪੈਡ ਖੋਲ੍ਹਿਆ, ਉੱਥੇ ਕੀ ਕੀਤਾ ਮੈਂ ਜੀ ਕੁਝ ਲਾਈਨਾਂ ਲਿਖੀਆਂ, ਕੰਟਰੋਲ ਕੀ ਨੂੰ ਦਬਾਇਆ, ਉਸ ਤੋਂ ਬਾਅਦ ਕੀ ਦਬਾਇਆ ਜੀ ਏ, ਮਤਲਬ ਕੰਟਰੋਲ ਪਲੱਸ ਏ ਦਬਾਈ, ਠੀਕ ਹੈ ਆਪਣੇ ਕੀਜ਼। ਤਾਂ ਜੇ ਦਬਾਓਗੇ ਤੁਸੀਂ ਦੇਖੋਗੇ ਸਾਰਾ ਸਿਲੈਕਟ ਹੋ ਜੂਗਾ, ਜਿਹੜਾ ਡਾਟਾ ਲਿਖਿਆ ਹੋਇਆ ਸੀ, ਕੰਟਰੋਲ ਕੀਤਾ ਹੋਇਆ ਆਪਾਂ ਨੇ, ਟਾਈਪਸ ਕੀਤਾ ਹੋਇਆ, ਉਹ ਕੀ ਹੋ ਜੂਗਾ ਸਾਰਾ ਜੀ ਸਿਲੈਕਟ ਹੋ ਜੂ। ਇਹ ਕੀ ਤੁਹਾਡਾ ਇਕੱਠੇ ਦਬਾਅ ਨੂੰ ਕੀ ਦਬਾਉਣ ਦੇ ਬਰਾਬਰ ਹੈ। ਮਤਲਬ ਹੁਣ ਮੈਂ ਇਕੱਲੀ ਇਕੱਲੀ ਚੀਜ਼ ਪ੍ਰੈ ਕੀ ਕਰਾਂ ਜੀ ਸਿਲੈਕਟ ਕਰਾਂ, ਤਾਂ ਕਿਤੇ ਇੱਕ ਕੰਟਰੋਲ ਪਲੱਸ ਏ ਕਰਨਾ ਸਾਰਾ ਪੇਜ ਕੀ ਸਿਲੈਕਟ ਹੋ ਗਿਆ, ਠੀਕ ਹੈ। ਜਿਹੜਾ ਵਾਰ ਵਾਰ ਦਬਾ ਕੇ ਉਹਦੇ ਨਾਲ ਘੱਟ ਗਿਆ, ਮੈਂ ਕਰਕੇ ਦਿਖਾਂ ਜੀ ਤੁਹਾਨੂੰ। ਮੰਨ ਲਓ ਕੀ ਹੈ ਜੀ, ਇਹ ਤੁਹਾਡੇ ਕੋਲ ਇੱਕ ਡਾਕੂਮੈਂਟ ਹੈ ਕੋਈ ਵੀ, ਜਿਸਦੇ ਵਿੱਚ ਮੈਂ ਕੁਝ ਵੀ ਲਿਖ ਰਿਹਾ ਜੀ, ਤੁਹਾਨੂੰ ਆਵਾਜ਼ ਟਿਊਨ ਆ ਰਹੀ ਹੈਗੀ, ਠੀਕ ਹੈ ਕੀਜ਼ ਦੀ। ਮੰਨ ਲਓ ਹੁਣ ਮੈਂ ਇਕੱਲਾ ਇਕੱਲਾ ਇੱਥੇ ਸਿਲੈਕਟ ਕਰੂੰਗਾ, ਹੁਣ ਮੈਂ ਜਿੱਥੇ ਕੰਟਰੋਲ ਦੱਬੂ, ਕੰਟਰੋਲ ਪਲੱਸ ਏ ਕਰੂੰ, ਤਾਂ ਸਾਰਾ ਸਿਲੈਕਟ ਹੋ ਗਿਆ। ਵਾਰ ਵਾਰ ਦਬਾਅ ਪਾਉਣ ਦੀ ਕੀ ਤੁਹਾਡੇ ਇਹ ਘੱਟ ਗਿਆ। ਕਿਸੇ ਯੂਜ਼ਰ ਦੇ ਇੱਕ ਵਾਰ ਆਪਾਂ ਹੱਥ ਜਾਂ ਕੁਝ ਵੀ ਹੈ, ਵਾਰ ਵਾਰ ਕੀ ਦਿੱਕਤ ਆਉਂਦੀ ਚਲਾਉਣ 'ਚ, ਇੱਕ ਵਾਰੀ ਆਪਾਂ ਪ੍ਰੈਸ ਕੀਤਾ ਤਾਂ ਕੀ ਆਪਣਾ ਡਾਟਾ ਕੀ ਹੋ ਗਿਆ ਜੀ ਸਾਰਾ ਸਿਲੈਕਟ। ਇਸ ਰਾਹੀਂ ਫਿਲਟਰ ਕੀਜ਼ ਨੇ, ਫਿਲਟਰ ਕੀਜ਼ ਕੇ ਮਾਈਕਰੋਸੋਫਟ ਵਿੰਡੋ ਦੀ ਇੱਕ ਵਿਸ਼ੇਸ਼ਤਾ ਹੈ, ਜਿਹੜੀ ਕੀ ਹੈ ਹੈਂਡ ਟ੍ਰੈਮਰਸ ਲੋਕਾਂ ਲਈ ਟਾਈਪਿੰਗ ਸਖਾਲਾ ਬਣਾਉਣ ਦੇ ਲਈ ਕੀਬੋਰਡ ਨੂੰ ਸੰਖੇਪ ਜਾਂ ਵਾਰ ਵਾਰ ਦੁਹਰਾਏ ਜਾਣ ਵਾਲੇ ਕੀ ਸਟ੍ਰੋਕ ਨੂੰ ਅਣਦੇਖਿਆ ਕਰਨ ਲਈ ਦੱਸਦਾ। ਮੰਨ ਲਓ ਜਿਹੜੀ ਚੀਜ਼ ਵਾਰ ਵਾਰ ਦੁਹਰਾਉਂਦੇ ਹਾਂ ਆਪਾਂ ਕੀ ਸਟ੍ਰੋਕ, ਮਤਲਬ ਜਿਹੜੀ ਜਿੰਨੀ ਵਾਰੀ ਦੱਬਦੇ ਹਾਂ ਕੀ ਸਟ੍ਰੋਕ, ਮੰਨ ਲਓ ਇਹਦਾ ਟਾਈਮ ਰੱਖਣਾ ਹੁੰਦਾ, ਮਤਲਬ ਕਿ 2 ਸਕਿੰਟ ਰੱਖਣਾ ਤੁਸੀਂ, 5 ਸਕਿੰਟ ਰੱਖਣੇ ਹੈ, 3 ਸਕਿੰਟ ਰੱਖਣੇ ਹੈ, 4 ਸਕਿੰਟ ਰੱਖਣੀ ਹੈ, ਜਿਵੇਂ ਇਸਦੇ 'ਚ ਫਿਲਟਰ ਕੀਜ਼ ਹੋਊਗੀ।
फिल्टर पेज सैटअप करांगे तो इतने लिखा हुआ रिपीट, ठीक है, टाइम रखा सेकेंड्स, फिल्टर ऑप्शंस, ठीक है, जिम्मे इन्होंने क्या है शिफ्ट की प्रेस करो तो उन्होंने फिल्टर की आने, मैं शिफ्ट की 5 बार, ठीक है, इस तरह अपना इन्होंने की करांगे अपना अप्लाई कर सकते। दूसरा ही तो डग गए अगली ऑप्शंस की है, देखो आ देखो टाइमर सुन दिखाया ऐसे, इतने टाइमर से हम तो मे भी होना नहीं, आ देखो फिल्टर की, ठीक है, इस तरह ही तो आइकन होने के ट्रे थे, उस तरह टोगल कीज थोड़ा तो कैप्स लॉक वगैरह दसा सी आवाज आई सी, तो टोगल की है माइक्रोसॉफ्ट विंडो की एक विशेषता है जिड़ी की है उन्होंने लोगों ने डिजाइन की है जिन्होंने नज़र कमजोरी या बहुत अपंगता है जिन्होंने देखने की दिक्कत है, यह टोल की आप ऑन करते हैं मतलब जो लोग करते हैं, ठीक है, जो दबाने तो एक आवाज़ संकेत दिता है जितों पता लग जाता अपन कि हम स्क्रीन किया ऑन किया गा, एक उच्ची आवाज आती है तो एक मध्यम जी आवाज आती सी, देखो तो एक उच्ची आवाज आती है एक कि मध्यम आवाज आती है, ठीक है, तो जितों अपन पता लग जाता है कि जी कीज की यह ऑन है गी जा ऑफ है, देखो टोगल कीज़ नूं अनेबल करने लई नम लॉक कैप्स लॉक स्क्रोल लॉक साउंड एक ये साउंड सेंटर ही अगे जिन्हों सुनने दे विच दिक्कत आवे साउंड टाइम चुनो तो उस दे विच तुहानूं एक विंडो नज़र आएगी, कहिंदे उन्हां लई बनाई अपने जिन्हों के सुनने संबंधित जो अपंग ने अपने अंपेयरमेंट ने या डिसबिलिटी यूजर ने उन्होंने लिए की यह डिजाइन की गई है, तो यह चेतावनिया पैदा करती है जिमें कि जो कदम कंप्यूटर आवाज़ पैदा करते हैं तो टाइटल वार का ब्लिंक करना या फ्लैशिंग वाटर, ठीक है, जो कोई आवाज़ करते हैं कंप्यूटर तो एक ब्लिंक होंगे ही, ठीक है, मतलब फ्लैश जी मारते हैं वाटर तो जितों अपन पता लग जाता है कि आवाज आप देख लें बॉर्डर की हाँ ये आवाज़ ना दिक्कत आई कोई चेतावनी देती संकेत देती क्योंकि अपन सुनता प्रॉब्लम है सुनने के अपन किसी चीज़ को देख के अपन पता लग जाता क्या जी दिक्कत, ठीक है, हाई कंट्रास्ट अनेबल करना, बैक जाओ, ठीक है, इतने लिखा होगा अल्टरनेटिव जिम्मे फ्लैश कैप्टिव जो दसा सी, ठीक है, साउंड सेंट्री की देखो टर्न ऑन विजुअल नोटिफिकेशन फॉर साउंड एंट्री साउंड सेंट्रीज इतने ओके करा जी चु चुनोगे तुम इतने अप्लाई करोगे उस तो बाद डिस्प्ले दे लिए कुछ डिस्प्ले करना वक् वक् ने अपने ऑप्शन ने हरेक के पे हाई कंट्रास्ट भी दिखाई सी जी मैगनीफायर जो लेंज की कर रहे थे कर रहे थे टर्न ऑन ऑफ कंट्रास्ट लैफ्ट स्क्रीन प्रेस लैफ्ट ऑल्ट प्रेस हाई कंट्रास्ट की करा टर्न ऑन करा चेस कंट्रास्ट दिख रहा होगा एक हाई कंट्रास्ट जिन्हों देखने नज़र कमजोर कर रही है वह हाई कंट्रास्ट थी ठीक है इस तरह मैं इन ऑफ करूंगा टर्न ऑफ करूंगा क्योंकि टर्न ऑन किया टर्न ऑफ करूंगा तो उस तरह की हो जाएगा जी आप चेंज करें अल्ट लैफ्ट अल्ट शिफ्ट ते प्रिंट स्क्रीन
ठीक है, ये ऑप्शन क्या होगी जी अपनी ऑफ होगी, पहला की अपने ऑन की सी जी, हूँ क्यों होगी जी ऑफ होगी, हाई कंट्रास्ट वाली देखा कंट्रास्ट ज़्यादा हो गया नेवल की टाइप टाइप ब्लैक जी टाइप होगी, ये जिन्हें खान की कमजोरी वाले लोगों के लिए की ये डिजाइन की गई सी, जिन्हें फोन का कलर आकार रंग बैकग्राउंड की बदल सकते, ठीक है पुत्र। तो इस तरह माउस कीज ने माउस चलाना हो, मान लो तुम पूरा माउस नहीं काम कर रहा तो स्टिकी कीज न ओपन करो तो थोड़ी न्यूमेरिकल की पैड के यू रन करूगी, ठीक है माउस की यूज करो तो न्यूमेरिक की दे विच के जिवें पांच तो आप ओके कराया करेंगे चार तो लैफ्ट राइट छे तो उपर नीचे इस तरह आपू मूव कर सकते, जनरल टैब्स हो गया। आ सीरियल की का मतलब कि सीरियल की एक एक्सेसिबिलिटी विशेषता है जी उन्होंने लोगों की मदद करती है जिन्होंने कीबोर्ड से माउस वरतने के मदद मुश्किल आती है, सॉरी जिन्होंने कीबोर्ड से माउस चलाने के मुश्किल आती है। इस दिखा देना जी इस तरह का होंगे गा अपने लवे आप इस तरह का जो सीप पफ स्विच यूज कर देंगे सिस्टम के क्योंकि अपन ये आ चीज़ है जी पाइप जी है इस आप मूव करते हैं अपने मूँह ना कि इधर कर लिया कद इधर कर लिया, ठीक है वह जो बिच दबता इट मीनस कि ओके हो गया माउस का काम करता है, कंट्रोल पैनल जहाँ बनया होंगे है आ कंट्रोल बॉक्स है सू वीडियो भी दिखा देना मैं यूट्यूब से अब देखो हाँ देखो थोड़ा सिप से पिफ लगे जरा सिप से पफ तुम देखियो किस तरह में काम करूगा स्क्रीन से ना चलाना ही आता इस स्क्रीन से समझाओ नाल नाल दो मिनट की वीडियो है वो हाथ उत्थे ने सामने, ठीक है कोई कीबोर्ड नहीं उसके कोई माउस नहीं देखो हम मूव कर रहेगा देखो हाथ अपने फेस नाल इतने देखो मूव कर रहा होगा करजर भी मूव कर रहे हो इतने आ करजर आ जा रहा है क्लिक करना जो तो सिलेक्ट करनी ऑप्शन वन बिच कहते पफ यूज करो राइट राइट क्लिक करना है तो अंदर प्रेस करो देखो मूव करो ये देखो आप मूव कर रहे नाल नाल आ जा रही है कर जरा आ जा रहा देखो ठीक है जी ये थोड़ा जी सिप ते पफ स्विच की वरतों उन्हें की किया डिवाइस में कंट्रोल कर रहे थे, ठीक है तो थोड़ा अज का जो सैशन से जी यही सी जी थोड़ा कंप्लीट कर लिया। एक तो अपने सीखिया जी फेसिंग एंड इंटरव्यू की आप इंटरव्यू दे रहे तो उसे कि गलों अपन ध्यान च रख के उससे एक प्रपेयर करना पैदा अपने आप कि क्वेश्चन पुट करने अपन उस करना पैदा अपन प्रोपर उससे एक ला लो स्किल होनी चाहिए बोलने के हाँ क्वेश्चन पुट किया ना अपन ने आंसर देना एक फॉर्मल वे फॉर्मल वे का मतलब एक ऑफिशियली हाँ आने आप भी सीधा बोली गए ठीक है तो जिनी गल पूछी है उन्नी ऑफिशियल जवाब जो तुम ज्यादा बोलते हो तो तुम ज्यादा इफेक्ट घट पै रहा उन्ना को गल बोल रहे है ठीक है कम का पता नहीं कि करूँगा तो बहुत चीज़ा नोट कर देना तो बॉडी लैंग्वेज थोड़ा बॉडी पोस्चर ठीक है थोड़ा वे ऑफ टॉकिंग किस तरह तुम गल कर रहे होंगे थोड़ी स्किल फ्लुएंसी किस तरह की है बहुत कुछ थोड़ा जज किया जाता है क्योंकि बहुत सारे राउंड होते हैं टैक्निकल मतलब तुम्हें की आता है ठीक है एच आर थोड़ी
ਸਿੰਪਲ ਸੋਫਟ ਸਕਿੱਲਸ ਚੈੱਕ ਕੀਤੀ ਨੇ, ਤੁਹਾਡੀ ਡਰੈਸ ਚੈੱਕ ਕੀਤੀ ਜਾਂਦੀ ਹੈ ਕਿ ਤੁਸੀਂ ਫੋਰਮਲ ਸ਼ੂਜ਼ ਵਗੈਰਾ ਪਾਏ ਨੇ, ਠੀਕ ਹੈ, ਕੈਜੂਅਲ ਤਾਂ ਨਹੀਂ, ਤੁਹਾਡੇ ਵਾਲ, ਤੁਹਾਡੀ ਸਾਰੀ ਚੀਜ਼ਾਂ ਕੀ ਸੈੱਟ ਵੈਲ ਸੈੱਟਡ ਹੋਣ ਇੱਕ ਫੋਰਮਲ ਦੇ ਵਿੱਚ, ਠੀਕ ਹੈ। ਅਤੇ ਅੱਜ ਦੇ ਲਈ ਤੁਹਾਡਾ ਪੁੱਤਰ ਜੀ ਇਹੀ ਸੀ।